ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਵੀਡੀਓ ਸਾਰੇ ਪਾਸੇ ਪਹੁੰਚਾਇਓ ਤੇ ਤੁਹਾਨੂੰ ਪੁੱਛਦੇ ਆ ਬਾਈ ਜੀ, ਅੰਮ੍ਰਿਤਪਾਲ ਸਿੰਘ ਸਾਰਿਆਂ ਨੂੰ ਪਤਾ ਹੀ ਆ ਅੰਮ੍ਰਿਤਪਾਲ ਸਿੰਘ। ਸੋ ਇਹਨਾਂ ਨੇ ਕਿਹਾ ਆ ਬਾਈ ਜੀ ਆਪਾਂ ਆਪਣਾ ਚੋਣ ਨਿਸ਼ਾਨ ਕਰਾਂਗੇ, ਆਪਣਾ ਸਾਰਾ ਕੁਝ ਕਰਾਂਗੇ। ਸੋ ਅੰਮ੍ਰਿਤਪਾਲ ਸਿੰਘ ਹੁਣੀ ਹੁਣ ਆਪਣਾ ਸਾਰਾ ਕੁਝ ਲੈ ਕੇ ਆਉਣਗੇ। ਸੋ ਜਿੱਦਾਂ ਸਾਰੇ ਮੀਡੀਆ ਨੇ ਦੱਸਿਆ ਨੀ ਵੀ ਲੋਕਾਂ ਨੂੰ ਪਤਾ ਨਾ ਚੱਲੇ, ਸੋ ਸਾਰੇ ਪਾਸੇ ਵੀਡੀਓ ਪਹੁੰਚਾਇਓ। ਅੰਮ੍ਰਿਤਪਾਲ ਸਿੰਘ ਹੁਣੀ ਆਪਣਾ ਲੈ ਕੇ ਆਊਗੇ ਸਾਰਾ ਕੁਝ ਜਿੱਦਾਂ ਆਪ ਵਾਲੇ ਲੈ ਕੇ ਆਏ ਸੀ। ਸੋ ਤੁਸੀਂ ਦੱਸੋ ਤੁਸੀਂ ਆਪ ਸਰਕਾਰ ਤੋਂ ਖੁਸ਼ ਆ ਜਾਂ ਨਹੀਂ, ਤੇ ਸਾਰੇ ਪਾਸੇ ਵੀਡੀਓ ਪਹੁੰਚਾ ਕੇ ਸਾਰੇ ਲੋਕਾਂ ਨੂੰ ਦੱਸਿਓ, ਕਿਉਂਕਿ ਮੀਡੀਆ ਨੇ ਤਾਂ ਦੱਸਣਾ ਨੀ ਵੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਚੋਣ ਨਿਸ਼ਾਨ ਕੀ ਆ। ਇਹਨਾਂ ਨੇ ਚੋਣਾਂ ਲੜਿਆ ਕਰਨੀਆਂ, ਹੁਣ ਮੁੱਖ ਮੰਤਰੀ ਦੀਆਂ ਚੋਣਾਂ ਵੀ ਅੰਮ੍ਰਿਤਪਾਲ ਸਿੰਘ ਆਊਗਾ, ਠੀਕ ਹੈ ਨਾ। ਸੋ ਉਹ ਕਿੱਦਾਂ ਆਊਗਾ ਉਹ ਵੀ ਦੱਸਾਂਗੇ। ਸੋ ਤੁਸੀਂ ਇਹ ਦੱਸਣਾ ਤੁਸੀਂ ਸਾਥ ਦਊਂਗੇ ਅੰਮ੍ਰਿਤਪਾਲ ਸਿੰਘ ਦਾ, ਪਹਿਲਾਂ ਤਾਂ ਸ਼ੇਅਰ ਕਰੋ, ਫਿਰ ਉਹੀ ਗੱਲ ਕਹਾਂ। ਲੋਕਾਂ ਨੂੰ ਆਪਣਿਆਂ ਨੂੰ ਅਜੇ ਪਤਾ ਨਹੀਂ ਕੀ ਨਾਂ ਰੱਖਿਆ ਆ ਇਹਨਾਂ ਨੇ ਤੇ ਚੋਣ ਨਿਸ਼ਾਨ ਕੀ ਆ, ਠੀਕ ਹੈ ਨਾ। ਮੀਡੀਆ ਨਹੀਂ ਚਾਹੁੰਦਾ ਵੀ ਲੋਕਾਂ ਨੂੰ ਪਤਾ ਲੱਗੇ। ਸੋ ਸਾਰੇ ਪਾਸੇ ਸ਼ੇਅਰ ਕਰਕੇ ਪਹੁੰਚਾਓ ਤੇ ਦੱਸੋ ਬਾਈ ਜੀ। ਸੋ ਕਈ ਪੱਤਰਕਾਰ ਕਹਿੰਦੇ ਆ ਵੀ ਅੰਮ੍ਰਿਤਪਾਲ ਸਿੰਘ ਹੁਣੀ ਜਿਹੜਾ ਚੋਣ ਨਿਸ਼ਾਨ ਰੱਖਣਾ ਆ ਜੋ ਆਉਣੀ ਆ ਇਹ ਮੋਦੀ ਹੁਣਾਂ ਦੀ ਚਾਲ ਆ, ਤੁਸੀਂ ਇਸ ਦੇ ਬਾਰੇ ਕੀ ਸੋਚਦੇ ਆ, ਤੁਸੀਂ ਸਾਥ ਦਊਂਗੇ ਅੰਮ੍ਰਿਤਪਾਲ ਸਿੰਘ ਦਾ। ਹੁਣ ਕਈ ਲੋਕ ਕਹਿੰਦੇ ਇਹਨਾਂ ਨੇ ਕੀ ਕੀਤਾ ਜਾਂ ਕੀ ਕਰਨਾ, ਗੱਲ ਬਾਈ ਉਹੀ ਆ ਪਿਛਲੇ ਕਈਆਂ ਸਾਲਾਂ ਤੋਂ ਆਪਣੇ ਬਾਕੀਆਂ ਨੇ ਕੀ ਕੀਤਾ ਤੇ ਆਪ ਸਰਕਾਰ ਤੋਂ ਆਸਾਂ ਸੀ ਉਹਨਾਂ ਨੇ ਕੀ ਕੀਤਾ ਉਹ ਵੀ ਦੱਸਿਓ ਭਰਾਵੋ, ਤੁਸੀਂ ਖੁਸ਼ ਆ ਕਿ ਨਹੀਂ ਆਪ ਸਰਕਾਰ ਤੋਂ, ਦੱਸਿਓ ਮਾੜਾ ਜਿਹਾ। ਇਹਨਾਂ ਦੇ ਮੰਤਰੀ ਆਪ ਸਰਕਾਰ ਦੇ ਮੇਰੀਆਂ ਵੀਡੀਓ ਦੇਖਦੇ ਆ, ਸੋ ਦੱਸਿਓ ਬਾਈ ਜੀ। ਸੋ ਇਹੀ ਪੁੱਛਣ ਆਇਆ ਤੁਹਾਨੂੰ, ਤੁਸੀਂ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਉਂਗੇ, ਕਿਉਂਕਿ ਜਦੋਂ ਅੰਮ੍ਰਿਤਪਾਲ ਨੂੰ ਚੱਕਿਆ ਗਿਆ ਉਦੋਂ ਉਹਨਾਂ ਨੂੰ ਵੀ ਭੁਲੇਖਾ ਸੀ ਵੀ ਲੋਕਾਂ ਨੇ ਮੇਰਾ ਸਾਥ ਦੇਣਾ, ਲੋਕਾਂ ਨੇ ਮੈਨੂੰ ਚੱਕਣ ਨਹੀਂ ਦੇਣਾ, ਉਦੋਂ ਨਹੀਂ ਸਾਥ ਦਿੱਤਾ। ਹੁਣ ਤੁਸੀਂ ਅੰਮ੍ਰਿਤਪਾਲ ਦਾ ਸਾਥ ਦਊਂਗੇ, ਹੁਣ ਉਸਤੇ ਜਿਹੜੇ ਵੀ ਹੁਣ ਮੁੱਖ ਮੰਤਰੀ ਦੀਆਂ ਚੋਣਾਂ ਇਹਨਾਂ ਨੇ ਕਰਨੀਆਂ ਆ ਜੋ ਵੀ ਆ, ਹਾਂਜੀ ਸਾਰੀਆਂ ਹੀ ਪ੍ਰਧਾਨ ਮੰਤਰੀ ਵਾਲੀਆਂ ਵੀ ਮੁੱਖ ਮੰਤਰੀ ਵਾਲੀਆਂ ਵੀ। ਸੋ ਜਿੱਦਾਂ ਆਪਣਾ ਰੌਲਾ ਹੁੰਦਾ ਸੀ ਵੀ ਸਾਡੀ ਕੋਈ ਆਪਣੀ ਚਾਹੀਦੀ ਖੇਤਰੀ ਭਈ ਆਪਣੇ ਇਲਾਕੇ ਚੋਂ ਕੋਈ ਚਾਹੀਦੀ ਆ, ਜਿੱਦਾਂ ਅਕਾਲੀ ਹੁੰਦੇ ਸੀ, ਅਕਾਲੀਆਂ ਨੂੰ ਤਾਂ ਹੁਣ ਕਿਸੇ ਨੇ ਕੁਛ ਕਰਨਾ ਨਹੀਂ, ਅਕਾਲੀ ਤਾਂ ਤੁਹਾਨੂੰ ਪਤਾ ਆ ਡਾਇਨਾਸੌਰ ਆ ਸਕਦੇ, ਅਕਾਲੀ ਨਹੀਂ ਆ ਸਕਦੇ। ਬਾਈ ਲਾਈਕ ਕਰੀ ਚਲੋ, ਸ਼ੁਕਰੀਆ ਬਾਈ, ਹਾਂਜੀ। ਸੋ ਦੇਖੋ ਪਹਿਲਾਂ ਆਪਾਂ ਨੂੰ 7-7 ਹਜ਼ਾਰ ਲੋਕ ਦੇਖਦੇ ਸੀ, ਹੁਣ 100 ਵੀ ਨਹੀਂ ਹੋ ਰਿਹਾ। ਇਹ ਸਾਰੀਆਂ ਮੋਦੀ ਦੀਆਂ ਕਰਤੂਤਾਂ ਆ, ਪਰ ਰੁਕਣਾ ਮੈਂ ਵੀ ਨਹੀਂ ਆ, ਮੋਦੀ ਦੀ ਮੈਂ ਬਹਿ ਕਰਾ ਕੇ ਰੱਖਣੀ ਆ ਤੇ ਭੇਡਾਂ ਨੂੰ ਵੀ ਦੱਸਣਾ ਜੋ ਕਹਿੰਦੀ ਆ ਵੀ ਆਪਾਂ ਇਲੂਮਨਾਤੀ ਵਾਲਿਆਂ ਦਾ ਸਾਥ ਦਿੰਦੇ ਆ, ਤੁਹਾਡੀ ਸਭ ਤੋਂ ਵੱਧ ਗਾਂ ਉਹ ਖਾਂਦੇ ਆ, ਉਹ ਤੁਹਾਡੀ ਗਾਂ ਖਾਂਦੇ ਆ, ਮੂਰਤੀ ਪੂਜਾ ਨੂੰ ਉਹ ਗਾਲਾਂ ਦਿੰਦੇ ਆ ਇਲੂਮਨਾਤੀ ਵਾਲੇ, ਤੁਸੀਂ ਕਦੇ ਭੇਡੋ ਉਹਨਾਂ ਦਾ ਸਾਥ ਦਿੰਦੇ ਆ ਹੈ। ਚਲੋ ਇਹ ਗੱਲ ਹੋਰ ਹੋ ਗਈ, ਗੱਲ ਆਪਣੀ ਅੰਮ੍ਰਿਤਪਾਲ ਦੀ ਚੱਲ ਰਹੀ ਆ। ਫਿਰ ਇੱਕ ਵਾਰੀ ਸਾਰਿਆਂ ਨੂੰ ਦੱਸ ਦਵਾਂ, ਤੁਹਾਨੂੰ ਮੈਂ ਇਸ ਵੀਕ ਦੱਸੂਗਾ ਇਹਨਾਂ ਨੇ ਨਾਂ ਕੀ ਰੱਖਿਆ ਆ ਅੰਮ੍ਰਿਤਪਾਲ ਸਿੰਘ, ਇਹਨਾਂ ਨੇ ਨਾਂ ਕੀ ਰੱਖਿਆ ਆ ਤੇ ਚੋਣ ਨਿਸ਼ਾਨ ਕੀ ਆ, ਸਾਰਾ ਕੁਝ ਦੱਸਾਂਗੇ। ਆਹ ਵੀਡੀਓ ਸ਼ੇਅਰ ਕਰਕੇ ਸਾਰੇ ਲੋਕਾਂ ਤੱਕ ਪਹੁੰਚਾ ਦਿਓ ਵੀ ਭਾਈ ਇਹ ਆਉਣ ਲੱਗੇ ਆ, ਇਹਨਾਂ ਨੇ ਚੋਣਾਂ ਲੜਿਆ ਕਰਨੀਆਂ। ਸੋ ਇਹਨਾਂ ਨੂੰ ਜਿਤਾਉਣਾ ਜਾਂ ਨਹੀਂ ਜਿਤਾਉਣਾ ਉਹ ਤੁਹਾਡੀ ਇੱਛਾ ਆ, ਮੈਂ ਕੌਣ ਹੁੰਦਾ ਕਹਿਣ ਵਾਲਾ ਜਿਤਾਓ, ਹਨਾ। ਸੋ ਮੁੱਕ ਦੀ ਗੱਲ ਇਹ ਆ, ਬਾਕੀਆਂ ਨੂੰ ਦੇਖਿਆ ਅਕਾਲੀਆਂ ਨੂੰ, ਬਾਕੀਆਂ ਨੂੰ ਇਹਨਾਂ ਨੂੰ ਵੀ ਦੇਖ ਲਿਓ ਕੁਛ ਨਹੀਂ ਹੁੰਦਾ, ਹਾਂਜੀ। ਚਲੋ ਬਾਕੀਆਂ ਨੇ ਤਾਂ ਕੁਛ ਕੀਤਾ ਨਹੀਂ, ਸੋ ਇਹਨਾਂ ਨੇ ਤਾਂ ਕੁਛ ਕੀਤਾ ਹੀ ਆ ਕੌਮ ਲਈ, ਇਹਨਾਂ ਨੂੰ ਜਿਤਾ ਕੇ ਦੇਖ ਲੈਣਾ ਚਾਹੀਦਾ ਮੇਰੇ ਅਨੁਸਾਰ। ਸੋ ਤੁਸੀਂ ਦੱਸਣਾ ਤੁਸੀਂ ਇਹਨਾਂ ਦਾ ਸਾਥ ਦਊਂਗੇ ਜਾਂ ਨਹੀਂ ਦਊਂਗੇ, ਤੇ ਬਾਕੀ ਕਾਫੀ ਕੁਛ ਚੱਲ ਰਿਹਾ ਆ। ਅੱਗੇ ਆਪਾਂ ਵੀਡੀਓ ਪਾਈ ਦੀਆਂ ਸੀ ਕੈਨੇਡਾ ਦੀਆਂ, ਉਹ ਵੀ ਨਹੀਂ ਪਾ ਹੋ ਰਹੀਆਂ, ਧਰਨੇ ਦਿੱਤੇ ਜਾ ਰਹੇ ਮੁੰਡੇ ਕੁੜੀਆਂ ਵੱਲੋਂ, 35 ਦਿਨ ਹੋ ਗਏ ਕੈਨੇਡਾ 'ਚ ਧਰਨੇ ਦਿੱਤੇ ਜਾ ਰਹੇ ਡੇਲੀ, ਹਾਂਜੀ ਡੇਲੀ, ਵੀਕ 'ਚ 7 ਦਿਨ ਆ ਤੇ ਡੇਲੀ ਕੋਈ ਨਾ ਕੋਈ ਮਰਦਾ।
ਕੋਈ ਨਿਆਗਰਾ ਫਾਲ ਚ ਛਾਲ ਮਾਰਦਾ ਉਧਰ, ਹਾਂਜੀ ਕੋਈ ਇੱਥੇ ਸਰੀ ਚ ਮਰ ਜਾਂਦਾ ਆ, ਕਿਸੇ ਦੀ ਨਾੜੀ ਉਹ ਹੋ ਜਾਂਦੀ ਆ, ਕਾਫੀ ਇੱਥੇ ਬਾਈ ਜੀ ਕੰਮ ਕੁੰਮ ਕੱਖ ਨੀ ਹੈਗਾ। ਸਾਰਾ ਮੈਂ ਤੁਹਾਨੂੰ ਹਾਲ ਦੱਸੂਗਾ ਕੈਨੇਡਾ ਦਾ, ਕੋਈ ਕੰਮ ਨੀ ਗਾ, ਲੋਕ ਭੁੱਖੇ ਮਰ ਰਹੇ ਆ, ਕਾਫੀ ਮਾੜੇ ਹਾਲ ਆ। ਸੋ ਜੇ ਤੁਹਾਡਾ ਇੰਡੀਆ ਆ ਤੁਸੀਂ, ਤੁਹਾਡਾ ਵੀਜ਼ਾ ਲੱਗਿਆ ਹੋਇਆ, ਰੁਕ ਜਾਓ ਇੱਕ ਸਾਲ, ਠੀਕ ਹੈ ਨਾ, ਕੋਈ ਇੱਥੇ ਉਹ ਨੀ ਆ, ਛਾਪੇ ਪੈ ਰਹੇ ਆ। ਦੇਖ ਲਓ ਮੈਂ ਇੱਦਾਂ ਹੀ ਰਿਹਾ ਸੀ ਕੈਨੇਡਾ ਚ 3-4 ਸਾਲ, ਕੋਈ ਛਾਪਾ ਨੀ ਸੀ ਪੈਂਦਾ, ਹੁਣ ਛਾਪੇ ਪੈ ਰਹੇ ਆ। ਜਿਹੜੇ ਆਪਣੇ ਆਉਂਦੇ ਕੈਸ਼ ਤੇ ਕੰਮ ਕਰ ਰਹੇ ਉਹਨਾਂ ਨੂੰ ਚੱਕ ਕੇ ਮਾਰਿਆ ਜਾ ਰਿਹਾ ਪਿੱਛੇ, ਕਾਫੀ ਗੱਲਾਂ ਹੋ ਰਹੀਆਂ, ਮੈਂ ਤੁਹਾਨੂੰ ਸਾਰਾ ਕੁਛ ਅੱਖੀਂ ਦਿਖਾਊ। ਛਾਪੇ ਪੈਂਦੇ ਬਾਈ, ਕਦੀ ਨੀ ਸੀ ਸੁਣੇ ਕੈਨੇਡਾ ਚ ਵੀ ਛਾਪੇ ਪੈਂਦੇ ਆ ਕੰਮਾਂ ਤੇ, ਕਿਉਂਕਿ ਲੋਕਾਂ ਨੇ ਕੰਮ ਹੀ ਰੱਖੇ ਹੋਗਾ ਕੈਸ਼ ਤੇ, ਕੈਸ਼ ਤੇ ਕੰਮ ਥੋੜੋ ਕਰਾ ਸਕਦੇ ਆ, ਉਹ ਤਾਂ ਘੁੰਮਣ ਆਉਂਦੇ ਆ, ਉਹ ਕੰਮਾਂ ਤੇ ਜਾਣ ਲੱਗ ਪੈਂਦੇ ਆ, ਉਹ ਤੁਹਾਨੂੰ ਦੱਸੂ ਇੱਥੇ ਛਾਪੇ ਪੈਂਦੇ ਆ। ਸੋ ਕਾ ਵੀਡੀਓ ਸਾਰੇ ਪਾਸੇ ਪਹੁੰਚਾਇਓ, ਤੇ ਜ਼ਿਆਦਾ ਲੰਬੀ ਵੀਡੀਓ ਨਹੀਂ ਕਰਦਾ, ਕੈਨੇਡਾ ਦੇ ਕੀ ਹਾਲ ਆ, ਛਾਪੇ ਕਿਉਂ ਪੈ ਰਹੇ, PR ਕਿਉਂ ਨਹੀਂ ਦੇ ਰਹੇ, ਨਵੇਂ ਵੀਜ਼ੇ ਕਿਉਂ ਨਹੀਂ, ਸਾਰਾ ਹੀ ਕੁਛ ਠੱਪਿਆ ਬਾਈ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਪ੍ਰਧਾਨ ਮੰਤਰੀ ਦੀਆਂ ਚੋਣਾਂ ਆ 1 ਸਾਲ ਤੱਕ। ਸੋ ਇਹ ਪਿਛਲੇ 40 ਸਾਲਾਂ ਤੋਂ 3 ਥਾਵਾਂ ਤੇ ਚੋਣਾਂ ਹੋਈਆਂ, ਕਦੀ ਹਾਰੇ ਨਹੀਂ ਸੀ, 3 ਥਾਵਾਂ ਤੋਂ ਹਾਰ ਗਏ, ਇਹਨੀ ਦੇਖ ਲਿਆ ਲੋਕ ਸਭ ਤੋਂ ਅੱਕੇ ਪਏ ਆ, ਤਾਂ ਇੰਨੀ ਸਖਤਾਈ ਕਰਤੀ ਆ, ਠੀਕ ਆ ਜੀ। ਸੋ ਮੁੱਖ ਦੀ ਗੱਲ ਇਹ ਆ, ਹਾਂਜੀ ਆ ਕੈਨੇਡਾ ਦੇ ਸਾਰੇ ਹਾਲ ਦੱਸੂ, ਜਿੱਦਾਂ ਅੱਗੇ ਘੁੰਮ ਕੇ ਦਿਖਾਉਂਦਾ ਹੁੰਦਾ ਸੀ, ਕਰਿਆ ਕਰਾਂਗੇ ਸਾਰਾ ਕੁਛ। ਭੇਡੋ, ਭੇਡਾਂ ਨੇ ਕਾਫੀ ਜ਼ੋਰ ਲਾਇਆ ਵੀ ਹਿੰਦੀ ਨੂੰ ਆਪਾਂ ਇੱਥੋਂ ਦੌੜਾਉਣਾ ਆ, ਇਹ ਸਾਡੀ ਬਹਿ ਕਰਾਉਂਦਾ। 17 ਲੱਖ ਵਾਲਾ ਖਾਤਾ ਉੱਡ ਗਿਆ, ਦੁੱਖ ਤਾਂ ਮੈਨੂੰ ਹੈਗਾ ਆ, 12 ਲੱਖ ਵਾਲਾ ਇੰਡੀਆ ਚ ਬੈਨ ਆ, ਦੁੱਖ ਤਾਂ ਹੈਗਾ ਆ। ਹੁਣ ਕਈਆਂ ਨੇ ਕਹਿਣਾ ਵੀ ਕਿਹੜਾ ਖਾਤਾ ਕਹਿੰਦਾ ਰਹਿੰਦਾ ਬੈਨ ਆ ਇੰਡੀਆ ਵਾਲਿਓ, ਆਹ ਦੇਖ ਲਓ ਭਰਾਵੋ, ਉਹੀ ਮੈਂ ਕਹਿੰਦਾ ਹੁੰਦਾ, ਮੇਰਾ ਮੁੱਲ ਨੀ ਪਾਇਆ ਆਪਣੇ ਲੋਕਾਂ ਨੇ, ਆ ਦਿਖਾ ਦਿੰਦਾ ਆ, ਆ ਦੇਖ ਲਓ ਇੰਡੀਆ ਚ ਸਰਚ ਕਰਕੇ ਦੇਖ ਲਿਓ, ਇਹ ਪ੍ਰਦੇਸ਼ਾਂ ਚ ਹੀ ਦਿਸਣਾ ਕੱਲਾ ਖਾਤਾ, ਆ ਦੇਖ ਲਓ 8 ਲੱਖ ਫੋਲੋਵਰ ਆ, ਆ ਦੇਖ ਲਿਓ ਸਰਚ ਕਰਕੇ, ਜੇ ਕਿਸੇ ਨੂੰ ਸ਼ੱਕ ਆ ਵੀ ਉੱਦਾਂ ਹੀ ਮਾਰੀ ਜਾਂਦਾ, ਸਰਚ ਕਰਕੇ ਦੇਖ ਲਿਓ, ਇੰਡੀਆ ਚ ਸ਼ੋ ਨੀ ਹੋਣਾ, 8 ਲੱਖ ਫੋਲੋਵਰ ਆ ਇਹਦੇ, ਠੀਕ ਹੈ ਨਾ, 8 ਲੱਖ ਥੋੜਾ, 8 ਲੱਖ ਫੋਲੋਵਰ ਇੰਡੀਆ ਚ ਸ਼ੋ ਹੀ ਨੀ ਹੁੰਦਾ, ਕੀ ਕਰੇ ਬੰਦਾ, ਹੈ। ਧੰਨਵਾਦ ਜੀ, ਧੰਨਵਾਦ, 100 ਬੰਦਾ ਹੋ ਗਿਆ ਆ, ਪਹਿਲੀ ਵਾਰੀ 100 ਬੰਦਾ ਹੋਇਆ ਆ, ਸ਼ੁਕਰੀਆ। 100 ਦਾ 1000 ਵੀ ਕਰਾਂਗੇ ਤੇ 7000 ਵੀ ਕਰਾਂਗੇ, ਥੈਂਕ ਯੂ ਯਾਰ, ਕਾਫੀ ਦਿਲ ਖੁਸ਼ ਹੋਇਆ ਮੇਰਾ। ਸੋ ਸਾਲ ਪਿੱਛੋਂ ਵੀਡੀਓ ਮੈਂ ਪਾਉਣ ਲੱਗਿਆ ਹੁਣ ਲਗਾਤਾਰ, ਤੇ 100 ਬੰਦਾ ਹੋ ਗਿਆ, ਮੈਨੂੰ ਕਾਫੀ ਖੁਸ਼ੀ ਹੋਈ, ਸ਼ੁਕਰੀਆ, ਪਰਮਾਤਮਾ ਸਾਰਿਆਂ ਦਾ ਭਲਾ ਕਰੇ ਜੋ ਵੀ ਦੇਖ ਰਹੇ। 100 ਬੰਦਾ ਪਹਿਲੀ ਵਾਰੀ, ਜਦੋਂ ਦੇ ਮੇਰੇ ਖਾਤੇ ਉੱਡੇ ਆ, ਖਾਤੇ ਬੈਨ ਹੋਏ, ਸਾਰਾ ਕੁਛ ਹੋਇਆ, ਪਹਿਲੀ ਵਾਰੀ 100 ਬੰਦਾ ਹੋਇਆ ਮੈਨੂੰ ਦੇਖਣ ਵਾਲਾ, ਥੈਂਕ ਯੂ ਬਾਈ, ਥੈਂਕ ਯੂ, ਤੇ ਤੁਹਾਡੀਆਂ ਆਸਾਂ ਤੇ ਖਰਾ ਹੀ ਉਤਰਾਂਗਾ, ਤੇ ਭੇਡਾਂ ਦੀ ਮੈਂ ਕਰਾ ਕੇ ਰੱਖਾਂਗਾ, ਦੀਨ ਦੁਨੀਆਦਾਰੀ ਚ ਕੀ ਹੋ ਰਿਹਾ ਆ। ਉਹ ਭਰਾਵੋ ਆ ਇੱਕ ਤੁਹਾਨੂੰ ਦਿਖਾਉਣਾ, ਇੱਕ ਤਾਂ ਐਨਕਾਂ ਮੇਰੇ ਕੋਈ ਹੈਗੀਆਂ ਆ, ਉਹ ਭਰਾਵੋ ਆ ਫੇਸਬੁੱਕ ਵਾਲਿਆਂ ਨੇ ਇੱਕ ਉਹ ਕੱਢੀਆਂ ਐਨਕਾਂ, ਉਹ ਅਜੇ ਵੇਚਦੇ ਨੀਗੇ, ਤੁਸੀਂ ਤੁਹਾਡਾ ਮਾਇੰਡ ਉਹ ਹੋ ਜਾਣਾ ਵੀ ਦੁਨੀਆ ਕਿੱਥੇ ਪਹੁੰਚ ਗਈ ਆ। ਆ ਮੇਰੇ ਕੋਲ ਵੀ ਆ 2 ਕੈਮਰਿਆਂ ਵਾਲੀਆਂ, ਇਹਦਾ ਵੀ ਮੈਂ ਦੱਸੂਗਾ, ਉਹ ਬਾਈ ਜੀ ਸਾਇੰਸ ਕਿੱਥੇ ਚੱਲ ਗਈ ਆ, ਤੁਸੀਂ ਪਖੰਡੀਓ ਬਹਿ ਕਰੀ ਚਲੋ ਇੰਡੀਆ ਚ, ਕੁਛ ਨੀ, ਜਿੱਦਾਂ ਆਪਾਂ ਆਪਣੇ ਨੱਪਦੇ ਹੁੰਦੇ ਆ ਨਾ ਕੁਛ ਲਿਖਣ ਲਈ, ਕੁਛ ਨੀ ਨੱਪਣਾ, ਬਸ ਏਦਾਂ ਹੀ ਕਰੀ ਜਾਣਾ, ਏਦਾਂ ਹੀ, ਆਹ ਦੇਖ ਲਓ ਉਹਨੇ ਸਾਰਾ ਕੰਮ ਕਰੀ ਜਾਣਾ, ਸਾਇੰਸ ਭਰਾਵੋ ਬਹੁਤ ਪਿੱਛੇ ਆਪਾਂ ਲੋਕ ਇੰਡੀਆ ਵਾਲੇ। ਚਲੋ ਮੁੱਖ ਦੀ ਗੱਲ ਇਹ ਆ, ਜਿਹੜੇ ਵਿਸ਼ੇ ਤੇ ਸੀ ਉਹ ਮਾੜੀ ਜਿਹਾ ਫੇਰ ਇੱਕ ਵਾਰੀ ਪੁੱਛ ਲਈ ਹੈ, ਅੰਮ੍ਰਿਤਪਾਲ ਸਿੰਘ ਹੁਣੀ ਚੋਣਾਂ ਚ ਆਇਆ ਕਰਨਾ ਆ,
ਤੁਸੀਂ ਇਹਨਾਂ ਦਾ ਸਾਥ ਦਊਂਗੇ ਜੈਸ ਜਾਂ ਨਹੀਂ, ਦੇਖਦੇ ਹਾਂ ਕਿੰਨੇ ਲੋਕ ਕੀ ਕਹਿੰਦੇ ਆ। ਕਈ ਲੋਕ ਕਹਿੰਦੇ ਮੋਦੀ ਦਾ ਹੀ ਚਾਲ ਆ ਅੰਮ੍ਰਿਤਪਾਲ ਉਹਨਾਂ ਨੂੰ ਚੋਣਾਂ 'ਚ ਲਿਆਉਣ ਦੀ। ਸੋ ਦੱਸਿਓ ਬਾਈ ਜੀ, ਕਰਿਓ ਸ਼ੇਅਰ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਪਤਾ ਚੱਲੇ, ਆਪਣੇ ਲੋਕਾਂ ਨੂੰ ਪਤਾ ਨਹੀਂ ਅੰਮ੍ਰਿਤਪਾਲ ਸਿੰਘ ਨੂੰ ਹੀ ਚੋਣਾਂ 'ਚ ਆਉਣ ਲੱਗੇ, ਮੁੱਖ ਮੰਤਰੀ ਵਾਲੀਆਂ ਸਾਰੀਆਂ ਜੋ ਵੀ ਆ ਇਹਨਾਂ ਨੂੰ ਜਿਤਾਉਂਗੇ ਜੈਸ ਜਾਂ ਨਹੀਂ। ਜ਼ਿਆਦਾ ਤੋਂ ਜ਼ਿਆਦਾ ਲਿਖਿਓ ਅਤੇ ਆਪ ਸਰਕਾਰ ਦਾ ਹਾਲ ਵੀ ਦੱਸਿਓ। ਇਹਨਾਂ ਦੇ ਮੰਤਰੀ ਵੀ ਸਾਨੂੰ ਦੇਖਦੇ ਆ, ਮਿਲਦੇ ਆ, ਡੇਲੀ ਵੀਡੀਓ ਕਰਿਆ ਕਰਾਂਗੇ। ਦਿਲ ਖੁਸ਼ ਕਰਤਾ, 125 ਬੰਦੇ ਹੋ ਗਏ ਪਹਿਲੀ ਵਾਰੀ, ਧੰਨਵਾਦ ਧੰਨਵਾਦ ਧੰਨਵਾਦ। ਤੇ ਭੇਡੋ ਤੁਹਾਡੀ ਮੈਂ ਇੱਦਾਂ ਹੀ ਕਰਾ ਕੇ ਰੱਖਣੀ ਆ। ਦੱਸਿਓ ਅੰਮ੍ਰਿਤਪਾਲ ਸਿੰਘ ਬਾਰੇ, ਕਰਿਓ ਸਾਰੇ ਪਾਸੇ ਸ਼ੇਅਰ, ਦਿਲ ਖੁਸ਼ ਕਰਤਾ, ਸ਼ੁਕਰੀਆ। ਜਾਂਦਾ ਜਾਂਦਾ ਦੱਸਦਾ, ਮੈਂ ਰੇਡੀਓ ਕਰਦਾ ਹੁੰਦਾ ਡੇਲੀ, ਉਹ ਅਜੇ ਤੁਹਾਨੂੰ ਇੰਡੀਆ ਵਾਲਿਆਂ ਨੂੰ ਨੀ ਪਤਾ, ਹੋਰ ਸੋਸ਼ਲ ਮੀਡੀਆ ਤੇ ਕਰਦਾ ਹੁੰਦਾ। ਹੁਣ ਮੈਂ ਉੱਥੇ ਚੱਲਾ ਰੇਡੀਓ ਤੇ, ਹੁਣ ਤੋਂ 2 ਘੰਟੇ ਪਿੱਛੋਂ ਜੇ ਤੁਸੀਂ ਵੀ ਕਾਲ ਕਰਨੀ ਆ, ਮੈਂ ਮੋਬਾਈਲ ਤੁਹਾਨੂੰ ਦਿਖਾ ਦਿੰਦਾ ਮੇਰਾ ਰੇਡੀਓ ਦਾ, ਇੱਥੇ ਕਾਲ ਕਰ ਲਿਓ ਤੁਸੀਂ ਵੀ, ਤੇ ਐਪਾਂ ਵੀ ਤੁਹਾਨੂੰ ਇੱਕ ਅੱਧੇ ਦਿਨ 'ਚ ਆਪਾਂ ਦਿੰਦੇ ਹਾਂ, ਤੇ ਕਾਲ ਕਰਿਆ ਕਰਿਓ, ਤੁਹਾਨੂੰ ਵੀ ਐਪ ਦੇਵਾਂਗੇ, ਕਿੱਥੇ ਰੇਡੀਓ ਸੁਣ ਸਕਦੇ ਹਾਂ। ਸੋ 7788340325 +1 7788 ਦਿਖਾ ਦਿੰਦਾ ਮੈਂ ਸਾਰੇ, ਤੇ ਕਰਿਓ ਬਾਈ ਜੀ 2 ਘੰਟੇ ਬਾਅਦ ਜੇ ਕਿਸੇ ਨੇ ਕਾਲ ਕਰਨੀ ਆ। ਮੁੱਦੇ ਆਪਾਂ ਰੱਖੀਦੇ ਆ ਚੰਗੇ ਚੰਗੇ, ਆਹ ਮੈਂ ਤੁਹਾਨੂੰ ਦਿਖਾ ਦਿੰਦਾ ਆ। ਸੋ ਕਰਿਓ ਜੀ ਕਾਲ, ਇਹ ਮੇਰਾ ਰੇਡੀਓ ਦਾ ਮੋਬਾਈਲ ਦੇਖ ਲਓ, ਆਪਾਂ ਡੇਲੀ ਰੇਡੀਓ ਕਰੀਦਾ ਆ। ਸੋ ਇੰਡੀਆ ਵਾਲਿਆਂ ਨੂੰ ਵੀ ਦੱਸਾਂਗੇ ਕਿੱਥੇ ਤੁਸੀਂ ਕਾਲ ਕਰ ਸਕਦੇ ਆ। ਆਹ ਮੈਂ ਦਿਖਾਉਣਾ ਤੁਹਾਨੂੰ, 1 ਸਕਿੰਟ ਰੁਕਿਓ, ਆਹ ਆ ਜੀ ਆਪਣਾ ਮੋਬਾਈਲ, ਸਾਰੇ ਲਿਖ ਲਓ ਠੀਕ ਆ। ਤੇ ਅੰਮ੍ਰਿਤਪਾਲ ਸਿੰਘ ਬਾਰੇ ਦੱਸਿਓ, ਕਰੂੰਗੇ ਸਾਥ ਕਿ ਨਹੀਂ। ਇਹ ਆ ਜੀ ਮੇਰਾ ਮੋਬਾਈਲ, 2 ਘੰਟੇ ਪਿੱਛੋਂ ਜੇ ਤੁਸੀਂ ਕਾਲ ਕਰਨੀ ਆ +1 ਜਾਂ ਵਟਸਐਪ ਕਰਨਾ ਜਾਂ ਕੋਈ ਗੱਲ ਦੱਸਣੀ, ਤੁਹਾਡੇ ਨਾਲ ਠੱਗੀ ਹੋ ਰਹੀ, ਕੁਛ ਵੀ ਹੋ ਰਿਹਾ, ਇਹ ਮੇਰਾ ਮੋਬਾਈਲ ਆ, ਇੱਥੇ ਵਟਸਐਪ ਕਰ ਦਿਓ ਠੀਕ ਹੈ ਜੀ। ਹੁਣ ਮੈਂ ਚੱਲਾ ਆ ਤੇ ਰੇਡੀਓ ਤੇ ਮਿਲਦੇ ਆ ਠੀਕ ਹੈ ਜੀ। ਤੇ ਜਾਂਦੇ ਜਾਂਦੇ ਭੇਡਾਂ ਦੀ ਕਰਿਓ ਜੀ, ਅੰਮ੍ਰਿਤਪਾਲ ਸਿੰਘ ਦਾ ਸਾਥ ਦਊਂਗੇ ਜੈਸ ਜਾਂ ਨਹੀਂ। ਥੈਂਕ ਯੂ ਇੱਕ ਵਾਰੀ ਫਿਰ, ਦਿਲ ਖੁਸ਼ ਕਰਤਾ ਅੱਜ ਤੁਸੀਂ, ਸ਼ੁਕਰੀਆ ਜੀ, ਧੰਨਵਾਦ। ਦੱਸਿਓ ਕਰਿਓ ਸ਼ੇਅਰ, ਸ਼ੁਕਰੀਆ।